ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ। ਲਓ ਜੀ ਬਾਈ, ਕੰਮ ਤਾਂ ਸਾਨੂੰ ਪਤਾ ਹੀ ਆਪਣਾ ਫਾਈਨਲ ਹੋ ਗਿਆ ਨਾ, ਟਰੈਕਟਰ ਪਰ ਸਮਾਨ ਸਮੂਨ ਸਾਰਾ ਤਾਰਤਾ ਦਾ। ਬਾਕੀ ਤਾਂ ਕਈ ਦਿਨ ਦੀ ਆਪਾਂ ਵੀਡੀਓ ਦੇ ਵਿੱਚ ਗੱਲ ਕਰਦੇ ਅਕਸਰ ਵੀ ਪਾਣੀ ਦਾ ਲੰਗਰ ਆ ਜਿਹੜਾ ਨਾ, ਜਿਹਦੇ ਏਰੀਏ ਤੋਂ ਸੀਵਨ ਹੋ ਗਿਆ, ਪਾਣੀ ਆਇਆ ਜਿੱਥੇ ਨਾ ਪਾਣੀ ਦਾ ਲੰਗਰ ਲੈ ਕੇ ਜਾਣ ਨੂੰ ਕਹਿੰਦੇ ਤੇ ਆਪਾਂ ਉੱਥੇ ਅੱਜ ਦੇਖਣ ਆਏ ਹਾਂ ਵੀ ਕਿਹੜੇ ਏਰੀਏ ਦੇ ਵਿੱਚ ਹੈ ਨਾ, ਪਿੰਡਾਂ ਦੇ ਵਿੱਚ ਉੱਥੇ ਹੀ ਪਾਣੀ ਲਈ ਲੰਗਰ ਲਾਈਏ ਜਾ ਕੇ ਜਿੱਥੇ ਮੰਨ ਲਓ ਲੋੜ ਹੋਵੇ, ਹੈ ਨਾ। ਬਾਕੀ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਆ, ਲੰਗਰਾਂ ਦਾ ਹਾੜੇ ਆ ਜਾਂਦਾ ਵੀ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਹੈਗੀ ਬਾਬੇ ਨਾਨਕ ਦੇ ਘਰ, ਹੈ ਨਾ। ਅੱਜ ਦੇਖਣ ਆਏ ਹਾਂ, ਬਾਕੀ ਦੇਖ ਲਓ ਸਾਰਾ ਪਾਣੀ ਗਾ ਬਾਈ ਕਿਵੇਂ ਭਰਿਆ, ਪਿੰਡ ਡੁੱਬੇ ਹੋਏ ਆ ਬਾਈ ਆ ਪਾਣੀ ਨਾਲ, ਐਂ ਲੱਗਦਾ ਜਿਵੇਂ ਸਮੁੰਦਰ ਹੁੰਦਾ ਹੈ ਮੰਗੇ। ਅੱਜ ਇਹਦੇ ਘਰ ਦੇਖਣ ਸਪੈਸ਼ਲ ਦੇਖਣ ਆਇਆ ਤੁਹਾਨੂੰ ਦਿਖਾਉਣਾ ਇੱਧਰ ਤੇ ਵੀ ਦੇਖ ਲਓ ਬਾਈ ਆ ਪਿੰਡ ਡੁੱਬੇ ਹੋਏ ਆ ਹਜੇ ਵੀ। ਤੁਸੀਂ ਹਿਸਾਬ ਲਾ ਲਓ ਵੀ ਯਾਰ ਕੀ ਸਿਸਟਮ ਆ ਨਾ, ਇਹਨਾਂ ਨੇ ਕਿਆ ਪਤਾ ਨਹੀਂ ਰੱਬ ਦੇ ਬੁਰਾ ਕਰਿਆ ਤਾ ਜਿਹੜਾ ਇੰਨਾ, ਦੇਖ ਲਓ ਮਹੀਨਾ ਹੋ ਗਿਆ ਪੂਰਾ, ਹੁਣ ਆਪਾਂ ਬੰਨ ਤੇ ਚੱਲੇ ਹਾਂ ਜਿਹੜਾ ਬੰਨ ਪੂਰਿਆ। ਬਾਕੀ ਆ ਦੇਖ ਲਓ ਬਾਈ ਸੇਵਾ, ਥੈਲਿਆਂ ਦੀ ਸੇਵਾ ਭਰ ਕੇ ਜਾ ਰਹੀ ਆ, ਹੈ ਨਾ ਟਰਾਲੀ। ਉੱਧਰ ਬਾਈ ਉਹ ਨਹੀਂ ਕੋਈ ਲੰਗਰ ਜਾਂ ਹੋਰ ਕੁਛ ਕਰ ਸੇਵਾ ਲਾ ਕੇ ਆਏ ਹਾਂ, ਬਾਈ ਉਹਨੇ ਸੇਵਾ ਲਾ ਕੇ ਆਏ ਹਾਂ। ਇੱਧਰ ਆ ਬਾਈ ਮਿੱਟੀ ਦੇ ਥੈਲੇ ਲੈ ਕੇ ਚੱਲੇ ਆ ਬੰਨ ਤੇ, ਬਾਈ ਲੋੜ ਆ ਨਾ ਮਿੱਟੀ ਦੀ, ਹੈ ਨਾ। ਚਲੋ ਬੰਨ ਤਾਂ ਪੂਰਿਆ ਗਿਆ, ਫਿਰ ਵੀ ਚਲੋ ਮਜ਼ਬੂਤੀ ਤਾਂ ਉਹਦੀ ਹੋਣੀ ਹੋ ਕਿਸੇ ਪਾਸੇ ਧਿਆਨ ਦੇ ਲਓ ਬਾਈ। ਜ਼ਮੀਨ ਉਹ ਸਾਹਮਣੇ ਡੁੱਬਿਆ ਪਿੰਡ ਪਾਣੀ, ਪੂਰੇ ਪਾਣੀ ਦੇ ਵਿੱਚ ਹਜੇ ਪਿੰਡ ਡੁੱਬਿਆ, ਉਹਦਾ ਹਿਸਾਬ ਲਾ ਲਓ ਵੀ ਬਾਈ ਕਿਆ, ਹੈ ਨਾ। ਪ੍ਰਸੀ ਇੱਕ ਦਿਨ ਘਰ ਤੋਂ ਬਾਹਰ ਰਹਿਣਾ ਔਖਾ ਹੋ ਜਾਂਦਾ ਇਹਨਾਂ ਨੂੰ, ਵਿਚਾਰਿਆਂ ਨੂੰ ਮਹੀਨਾ ਹੋ ਗਿਆ ਘਰ ਤੋਂ ਬਾਹਰ ਰਹਿੰਦਿਆਂ ਨੂੰ, ਹੈ ਨਾ। ਛੱਤਾਂ ਦੇ ਉੱਤੇ ਬੈਠੇ ਹਾਂ, ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ। ਚਲੋ ਜ਼ੋਰ ਤਾਂ ਬਹੁਤ ਲਾਇਆ ਹੈ ਪ੍ਰਸ਼ਾਸਨ ਨੇ ਵੀ ਯਾਰ ਬਾਬੇ ਸੱਚੇ ਵਾਲੀਏ ਨੇ ਵੀ ਬੰਨ ਤਾਂ ਪੂਰਿਆ ਗਿਆ, ਪਰ ਜਿਹੜਾ ਪਾਣੀ ਆ ਹੁਣ ਇਹਦੇ ਵਾਸਤੇ ਮੋਟਰਾਂ ਇਹਨਾਂ ਨੇ ਲਾਈਆਂ ਬਾਹਰ ਕੱਢਣ ਨੂੰ ਪਿੰਡਾਂ 'ਚੋਂ ਪਾਣੀ। ਆ ਦੇਖ ਲਓ ਘੱਟੋ ਘੱਟ ਵੀ 2-2.5 ਕਿਲੋਮੀਟਰ ਦੇ ਵਿੱਚ ਪਾਣੀ ਉਹ ਪਾਣੀ ਦਿਖਦਾ ਪੂਰਾ ਪਾਣੀ ਵੀ ਐਂ ਖੜਾ ਜਿਵੇਂ ਨਾ ਕੋਈ ਦਰਿਆ 'ਚ ਚੱਲਦਾ ਹੁੰਦਾ, ਮੰਨ ਲਓ ਮੋਟਰ ਡੁੱਬੀ ਬਾਈ ਦੀ ਕਿਸੇ ਦੀ, ਮਾੜਾ ਜਿਹਾ ਦਰਵਾਜ਼ਾ ਦਿਖਦਾ ਦੇਖ ਲਓ। ਬਹੁਤ ਜ਼ਿਆਦਾ ਨੁਕਸਾਨ ਆ, ਇੱਧਰ ਵੀ ਇੱਕਣੇ ਹਾਲ ਆ ਬਾਈ ਦੇਖ ਲਓ, ਮੰਗੇ ਯਾਰ ਬਹੁਤਾ ਬੁਰਾ ਹਾਲ ਆ ਨਾ। ਮੰਗੇ ਦੇ ਸਹੁਰੇ ਆ ਉਹਨੇ ਸਾਹਮਣੇ, ਮੰਗੇ ਤੇਰੇ ਸਹੁਰੇ ਤਾਂ ਫਿਰ ਅੰਦਰ ਬੈਠੇ ਆ ਕਿ ਬਾਹਰ ਬੈਠੇ ਆ? ਬਾਹਰ ਆ ਜੀ, ਛੱਤਾਂ ਤੇ ਬੈਠੇ। ਛੱਤਾਂ ਤੇ ਜੀ, ਇੱਕ ਮਹੀਨੇ ਤੋਂ? ਵਾਹ ਵੀ ਵਾਹ, ਤੇਰੇ ਰੰਗ ਨਿਆਰੇ ਦਾ ਤੇ ਸੱਚੀ ਗੱਲ ਕਹੀ ਵੀ ਕਿਸੇ ਨੇ ਵੀ ਜਦ ਬਦਲਦਾ ਤਾਂ ਬੰਦੇ ਦੀ ਤਕਦੀਰ ਬਦਲਦਾ। ਆ ਦੇਖ ਲਓ ਪਾਣੀ ਨਾ ਭਰਿਆ ਪਿਆ ਫਸਲ, ਮੰਗੇ ਝੋਨਾ ਬਾਈ ਲੱਗਿਆ ਹੋਇਆ ਤੋਰੇ, ਉਹਨਾਂ ਦੇ ਪਤਾ ਲੱਗਦਾ ਵੀ ਉਰੇ ਜ਼ਮੀਨ ਵੀ ਆ ਨਾ, ਸੋਲੋ ਸਿਸਟਮ ਵੀ ਵਿੱਚੇ ਡੁੱਬੇ ਪਿਆ ਉਹਦੇ। ਹਾਂ ਘਰ ਆ ਦੇਖੋ, ਘਰ ਦੇ ਵਿੱਚ ਪਾਣੀ ਵੜਿਆ ਹੋਇਆ, ਬਹੁਤਾ ਯਾਰ ਕੰਡੀਸ਼ਨ ਖਰਾਬ ਆ ਨਾ। ਇਹ ਕੱਚਾ ਬੰਨ ਹੈ, ਇਹ ਟੱਪ ਗਿਆ ਇਹ ਵੀ। ਆਹ ਦੇਖ ਲਓ ਬਾਈ ਘਰ ਪਾਣੀ ਦੇ ਵਿੱਚ ਡੁੱਬਿਆ ਹੋਇਆ ਪੂਰਾ, ਉਹ ਦੇਖ ਲਓ ਸਾਹਮਣੇ ਘਰ ਆ ਨਾ ਜਿਹੜਾ, ਉਹ ਵੀ ਹੈ ਘਰ ਗਿਰ ਗਿਆ। ਓਹੋ, ਅਰੇ ਸਾਹਮਣੇ ਘਰ ਆ ਜਿਹੜੇ ਪਾਣੀ ਦੇ ਵਿੱਚ ਡੁੱਬੇ ਹੋਏ ਜੀ ਪੂਰੇ। ਬਾਹਰ ਬੈਠੇ ਵਿਚਾਰੇ ਘਰਾਂ ਦੇ ਨਿਕਲ ਕੇ, ਆਹ ਦੇਖ ਲਓ ਤੁਸੀਂ ਬੂਟਿਆਂ ਦੇ ਹਿਸਾਬ ਲਾ ਲਓ, ਪਪੂਲਰ ਵੀ ਜਿੱਥੇ ਤੱਕ ਪਪੂਲਰ ਆਪਾਂ ਛਾਂਕਦੇ ਹਾਂ ਉੱਥੇ ਤੱਕ ਪਾਣੀ ਡੁੱਬ ਭਰੇ ਪਏ ਆ। ਬਾਕੀ ਤੁਹਾਨੂੰ ਦਿਖਾਉਂਦੇ ਹਾਂ ਹੁਣ ਮੰਨ ਪਰ ਜਾ ਕੇ ਵੀ ਦੇਖ ਲਓ ਬਾਈ ਮਕਾਨ ਨਾ, ਉਹ ਜਿੱਥੇ ਤੱਕ ਸਲਾਬ ਆਈ ਹੋਈ ਆ ਸਾਹਮਣੇ ਤੁਹਾਨੂੰ ਦਿਖਦਾ ਵਾਲਾ, ਉਹਦੇ ਸਾਹਮਣੇ ਬਿਨਾਂ ਰੰਗ ਤੋਂ ਨਾ ਜਿਹੜਾ ਇੱਥੇ ਤੱਕ ਪਾਣੀ ਦਾ, ਦੇਖ ਲਓ ਤੁਸੀਂ ਕਿਵੇਂ ਜਾਨਾਂ ਬਚਾਈਆਂ ਨਾ ਵਿਚਾਰਿਆਂ ਨੇ, ਸਾਰਾ ਪਿੰਡੇ ਡੁੱਬ ਗਏ। ਉਹ ਦੇਖ ਲਓ ਕਿੱਥੇ ਬੈਠੇ ਆ, ਘਰ ਦੇ ਉੱਤੇ ਚੜ੍ਹੇ ਬੈਠੇ ਆ ਵਿਚਾਰੇ, ਉਹ ਵੀ ਉਹ ਦੇਖੋ ਸਾਹਮਣੇ ਸਮਾਨ ਰੱਖਿਆ ਘਰ ਦੇ ਉੱਪਰ। ਜ਼ਿਆਦਾ ਨੁਕਸਾਨ ਹੋਇਆ ਇਹ ਏਰੀਏ, ਸਭ ਤੋਂ ਜ਼ਿਆਦਾ ਨੁਕਸਾਨ ਨਾ ਪੂਰੇ ਪੰਜਾਬ ਦੇ ਵਿੱਚ ਇਹ ਏਰੀਏ ਦੇ ਵਿੱਚ ਜ਼ਿਆਦਾ ਨੁਕਸਾਨ ਹੋਇਆ ਵੀ ਖੇਤਾਂ ਦਾ, ਫਸਲ ਦਾ ਤਾਂ ਖੇਤਾਂ ਦਾ ਤਾਂ ਪਤਾ ਹੀ ਨਹੀਂ ਵੀ ਉਹ ਵੱਟ ਹੋਊਗੀ ਕਿ ਨਹੀਂ ਹੋਊਗਾ। ਦੇਖ ਲਓ ਤੁਸੀਂ, ਤੁਹਾਨੂੰ ਕੈਮਰੇ 'ਚ ਦਿਖਦਾ ਹੀ ਆ ਕਿੰਨਾ ਪਾਣੀ ਭਰਿਆ ਪਿਆ, ਡੰਗਰ ਵਿਚਾਰਿਆਂ ਦੇ ਰੋਡ ਆ ਆਪਣੇ ਬੰਨ ਦੇ ਉੱਤੇ ਖੜ੍ਹੇ ਆ, ਪਾਣੀ ਦੀ ਸੇਵਾ ਲਾਈ ਹੋਈ ਹੈ ਬਾਈ ਉਹਨਾਂ ਨੇ, ਅੱਗੇ ਇੱਕ ਡੰਗਰ ਮੱਝਾਂ ਨੂੰ ਪਾਣੀ ਪਿਲਾ ਰਹੇ ਆ, ਇੱਧਰ ਵੀ ਘਰ ਉਹ ਡੁੱਬੇ ਪਏ ਸਾਹਮਣੇ ਦੇਖ ਲਓ, ਦੋਵੇਂ ਪਾਸੇ ਜਿਹੜੇ ਪਾਣੀ ਦੀ ਲਪੇਟ 'ਚ ਪਿੰਡ ਆਏ ਹੋਏ ਆ, ਫੁੱਲ ਪਾਣੀ ਖੜ੍ਹਾ ਹੈ ਜੀ ਵੀ। ਚਲੋ ਬਾਈ ਦਰਿਆ ਦੇ ਬਿਲਕੁਲ ਉੱਤੇ ਜਿਹੜੇ ਘਰ 'ਤੇ ਇੱਧਰ ਦਰਿਆ ਦੇ ਵਿੱਚ ਤਾਂ ਉਹਦਾ ਗਿਆ ਸਭ ਕੁਛ ਹੜ੍ਹ, ਬਾਕੀ ਜਿਹੜੇ ਨਾਲ ਦਰਿਆ ਦੇ ਘਰ 'ਤੇ ਇਹਨਾਂ ਦਾ ਹਜੇ ਬਚਾਓ ਆ ਕੁਛ ਨਾ ਕੁਛ, ਪਰ ਫਿਰ ਵੀ ਜਿਹੜੇ ਪਿੰਡਾਂ ਵਾਲੇ ਲੋਕ ਤੇ
ਇਹਨਾਂ ਦੇ ਕੋਲ ਆ ਕੇ ਬਹਿ ਗਏ ਬਾਈ ਉਹ ਵੀ ਆ ਦੇਖੋ ਇਹਨਾਂ ਨੂੰ ਪਸ਼ੂ ਬਾਹਰ ਆਏ ਸਾਰਾ ਸਮਾਨ ਬੰਨ ਦੇ ਚੱਕਣਾ ਇੱਕ ਕਿਤੇ ਪੂਰਾ ਥੋੜ੍ਹੀ ਚੱਕ ਹੁੰਦਾ ਹੁੰਦਾ ਇਹਦਾ ਬਸ ਮੰਨ ਲਓ ਇੱਕ ਐਂ ਹੋਇਆ ਵੀ ਸਮਾਨ ਲਾ ਲਿਆ ਟਿਕਾਣੇ ਪਰ ਫਿਰ ਵੀ ਆਹ ਦੇਖ ਲਓ ਪਾਣੀ ਇੱਧਰ ਪੂਰਾ ਪਾਣੀ ਐਂ 3-4 ਕਿਲੋਮੀਟਰ ਆਪਾਂ ਗਾਂ ਆ ਗਏ ਹੋਰ ਉੱਥੇ ਤੋਂ ਪਿੱਛੇ ਜਿੱਥੇ ਵੀਡੀਓ ਸਟਾਰਟ ਕਰੀ ਉਹਦੇ ਵੀ ਅੱਗੇ ਆ ਗਏ ਵੀ ਇੰਨਾ ਪਾਣੀ ਆ ਆਹ ਦੇਖ ਲਓ ਆਹ ਘਰ ਉਹ ਸਾਹਮਣੇ ਪੀਰਾਂ ਦੀ ਸਮਾਧ ਆ ਉਹ ਵੀ ਡੁੱਬ ਗਈ ਪਿੱਛੇ ਆਹ ਘਰ ਡੁੱਬਿਆ ਹੋਇਆ ਸਾਰਾ ਸਮਾਨ ਬਾਈ ਉੱਤੇ ਰੱਖਿਆ ਹੋਇਆ ਚੱਕ ਕੇ ਆ ਦੇਖ ਲਓ ਉੱਪਰੇ ਵਿਚਾਰਿਆਂ ਦਾ ਰਹਿ ਚ ਹੈ ਇੱਥੇ ਟੁੱਟਿਆ ਮਨ ਉਹ ਵੀ ਉਹ ਦੇਖ ਲਓ ਸਾਹਮਣੇ ਉਹ ਵੀ ਘਰ ਡੁੱਬਿਆ ਪਿਆ ਪੂਰਾ ਘਰ ਡੁੱਬਿਆ ਪਿਆ ਸਾਰਾ ਸਮਾਨ ਦੇ ਲੋ ਬਾਹਰ ਕੱਢ ਕੇ ਰੱਖਿਆ ਪਿਆ ਇੱਕ ਮਹੀਨੇ ਦਾ ਸਮਾਨ ਬਾਹਰ ਪਿਆ ਬਾਈ ਇਹਨਾਂ ਦਾ ਪਤਾ ਨੀ ਵਿਚਾਰਿਆਂ ਦਾ ਕੀ ਜਿਹੜੇ ਹੁਣ ਮੌਕੇ ਤੇ ਕਿਹੜਾ ਸਮਾਨ ਚੱਕ ਹੁੰਦਾ ਮੰਗੇ ਹੈ ਨਾ ਇੱਥੇ ਹੀ ਲੈ ਕੇ ਆਵਾਂਗੇ ਯਾਰ ਪਾਣੀ ਸਭ ਤੇ ਬੜਾ ਬੰਨ ਜਿਹੜਾ ਸੱਤ ਲੋਈ ਦਾ ਇੱਥੇ ਟੁੱਟਿਆ ਬਾਈ ਉਹ ਆ ਏਰੀਏ ਚ 925 ਫੁੱਟ ਵਧੀ ਗਈ ਯਾਰ ਜਿੱਥੇ ਉਹਨੇ ਪੱਕੀ ਸੜਕ ਤੋੜਤੀ ਬੰਨ ਉਹਨੇ ਪੱਕੀ ਸੜਕ ਦੇ ਲਈ ਪੱਕੀ ਸੜਕ ਆ ਰੋਡ ਪੱਕਾ ਬੰਨ ਦਾ ਮਾਰਿਆ ਬਾਈ ਪਾਣੀ ਦੇ ਤੋੜ ਕੇ ਬਾਕੀ ਪੰਜਾਬੀਆਂ ਨੇ ਜਿਗਰਿਆਂ ਨੂੰ ਸਲਾਮ ਆ ਬਾਈ ਮਿੱਟੀ ਪਤਾ ਨਹੀਂ ਕਿੱਥੇ ਕਿੱਥੇ ਤੇ ਆਈ ਆ ਕਿੱਥੇ ਕਿੱਥੇ ਤੇ ਵੀਰ ਆਪਣੇ ਲੈ ਕੇ ਪਹੁੰਚੇ ਆ ਵੀ ਜਿਹੜੇ ਪੰਜਾਬੀਆਂ ਨੇ ਮਿਸਾਲ ਏ ਪੈਦਾ ਕਮਾਲ ਪੈਦਾ ਕਰਤੀ ਏ ਇੱਥੋਂ ਸ਼ੁਰੂ ਹੋਈ ਤੇ ਉਸ ਤੱਕ ਹੀ ਇੱਥੇ ਤੇ ਬੰਨ ਟੁੱਟ ਗਿਆ ਤਾ ਇੱਥੇ ਤੇ ਬੰਨ ਟੁੱਟ ਗਿਆ ਤਾ ਦੇਖ ਲਓ ਤੁਸੀਂ ਆਹ ਸਾਰਾ ਬੰਨ ਨਵਾਂ ਬਣਿਆ ਹੁਣ ਉਹ ਲੱਗੀਆਂ ਜੀਸੀਬੀਆਂ ਵੀ ਸਾਰਾ ਮਨ ਬਾਈ ਨਵਾਂ ਬਣਿਆ ਹੈ ਚਲੋ ਉਤਰ ਕੇ ਵੀ ਦਿਖਾਉਂਦੇ ਆ ਤੁਹਾਨੂੰ ਉਹ ਸਾਹਮਣੇ ਘਰ ਵੀ ਆ ਨਾਲੇ ਉਧਰੇ ਲਾ ਲਵਾਂਗੇ ਗੱਡੀ ਸਾਰਾ ਬੰਨ ਹੁਣ ਨਵਾਂ ਬਣਿਆ ਹੈ ਜਿੱਥੇ ਟਰਾਲੀ ਜਾਂਦੀ ਹੈ ਨਾ ਦਿਖਾਉਣੇ ਨਾਲ ਤੁਹਾਨੂੰ ਸੋਚੀ ਵਾਲੀ ਬਾਬਾ ਵੀ ਲੱਗਿਆ ਹੋਈ ਇਹ ਵੀ ਟਰਾਲੀਆਂ ਮਿੱਟੀ ਦੀਆਂ ਆਈ ਜਾਂਦੀਆਂ ਆਹ ਬਾਈ ਉਹਨੂੰ ਲੈ ਕੇ ਆਏ ਆ 55 ਮਗਰ ਉਹ ਇੱਕ ਟਰੈਕਟਰ ਹੋਰ ਆਉਂਦਾ ਵੀ ਜਾਣੀ ਬੰਨ ਜਿਹੜਾ ਟੁੱਟਿਆ ਨਾ ਜਿੱਥੇ 925 ਫੁੱਟ ਦਾ ਪਾੜ ਪਿਆ ਉੱਥੇ ਪਹੁੰਚੇ ਹੋਏ ਆ ਅੱਜ ਇਹ ਦੇਖਣ ਵਾਸਤੇ ਵੀ ਹੈ ਨਾ ਉਹ ਜਿਵੇਂ ਪਿੰਡਾਂ ਬਾਈ ਵਿੱਚ ਇਹਨਾਂ ਨੂੰ ਕੋਈ ਲੰਗਰ ਨਹੀਂ ਸਾਧਨ ਨਹੀਂ ਹੋਇਆ ਬਾਹਰ ਹੁਣ ਬੰਨ ਤੇ ਆਉਂਦਾ ਹਰੇਕ ਬੰਦਾ ਹਰੇਕ ਪਿੰਡ ਦੀ ਟਰਾਲੀ ਜਾਂ ਕੋਈ ਸੇਵਾ ਲੈ ਕੇ ਆਉਂਦਾ ਨਾ ਲੰਗਰ ਇੱਥੇ ਲਾ ਕੇ ਬੰਨ ਤੇ ਹੀ ਲੱਗ ਜਾਂਦਾ ਅਗਲਾ ਪਿੱਛੇ ਮੁੜ ਜਾਂਦਾ ਬਾਕੀ ਉਹ ਪਿੰਡਾਂ ਨੂੰ ਪਾਣੀ ਦੀ ਜ਼ਰੂਰਤ ਹੈਗੀ ਆ ਦੇਖ ਕੇ ਆਏ ਹਾਂ ਅਸੀਂ ਵੀ ਜਿਹੜੇ ਹਿਸਾਬ ਗੱਲ ਪਿੰਡ ਪਾਣੀ 'ਚ ਡੁੱਬੇ ਹੋਏ ਆ ਨਾ ਪਹਿਲਾਂ ਤਾਂ ਅਗਲਾ ਡਰਦਾ ਹੀ ਨਹੀਂ ਜਾਂਦਾ ਹੈਗਾ ਯਾਰ ਵੀ ਪਾਣੀ ਆ ਕਰਾਹ ਦੇਖ ਲਓ ਕਿੱਡਾ ਪਾਇਆ ਬਾਈ ਨੇ ਮਗਰ ਅੱਧੀ ਟਰਾਲੀ ਲੈ ਜਾਂਦਾ ਹੋਣਾ ਕੇਰੇ ਹੀ ਮੰਗੇ ਹੈਂ ਬਹੁਤ ਬਾਈ ਨੁਕਸਾਨ ਹੈ ਇਹ ਸਭ ਤੋਂ ਵੱਧ ਜਣੀਆਂ ਇਹਦੇ ਵਿੱਚ ਨੁਕਸਾਨ ਹੋਇਆ ਕੁੱਡਾ ਕਰਾਹਾ ਆ ਗਿਆ ਪਾਣੀ ਲੈ ਆਹ ਬਾਈ ਉਹਨੇ ਪਾਣੀ ਲੈ ਕੇ ਸੇਵਾ ਲੈ ਕੇ ਆਇਆ ਪਾਣੀ ਦੀ ਇਹ ਲਾਇਆ ਇਹ ਪਹਿਲਾਂ ਕਿਤੇ ਹੈ ਨਾ ਇੱਕਣਾ ਲਿਆਵਾਂਗੇ ਮੰਗੇ ਆਹ ਠੀਕ ਹੈ ਸਿਸਟਮ ਹੈ ਨਾ ਇੱਕਣਾ ਟਰਾਲੀ 'ਚ ਲਿਆਵਾਂਗੇ ਇਹ ਸਾਰਾ ਬੰਨ ਬਾਈ ਨਵਾਂ ਲੱਗਿਆ ਤਾਜ਼ਾ ਬੰਨ ਲੱਗਿਆ ਹੈ ਸਾਰਾ ਪੰਜਾਬ ਤੋਂ ਪਤਾ ਨਹੀਂ ਕਿਹੜੀ ਕਿਹੜੀ ਜਗ੍ਹਾ ਤੋਂ ਮਿੱਟੀ ਆਈ ਹੈ ਹਨਾ ਇੱਧਰ ਨੂੰ ਨਗਰ ਦੱਬ ਜਾਣੀ ਗੱਡੀ ਕੱਚਾ ਹੈ ਨਾ ਅਜੇ ਢੱਕ ਇੱਧਰ ਨੂੰ ਇੱਧਰ ਨੂੰ ਪਾਣੀ ਆ ਨਾ ਇੱਕ ਇੱਥੇ ਤੱਕ ਬੰਨ ਟੁੱਟਿਆ ਹੈ 925 ਫੁੱਟ ਪਾੜ ਥੋੜਾ ਨਹੀਂ ਹੁੰਦਾ ਬਾਈ ਸਾਰੇ ਪਿੰਡ ਪੰਡ ਡੁੱਬੇ ਹੋਏ ਪਾਣੀ ਬਹੁਤ ਲੈਂਦੀ ਆ ਹਾਂ ਜੋਰੀ ਬਹੁਤ ਲੈਂਦੀ ਆ ਕੱਚੇ ਖਾਵੇ ਜੋਰ ਤਾਂ ਲੈਣਾ ਉਹ ਦੇ ਵਿੱਚ ਮੇੜੀ ਚੱਲਦੀ ਉਹ ਵਿੱਚ ਹੀ ਕਈਆਂ ਦੇ ਘਰ ਆ ਉਧਰ ਔਰ ਉਹ ਘਰ ਡੁੱਬ ਕੇ ਵਿੱਚੇ ਰਹਿ ਗਏ ਇਹਨਾਂ ਦੇ ਵਿੱਚ ਢਾਏ ਵੀ ਗਏ ਕਈ ਫਸਲਾਂ ਝੋਨਾ ਸਾਰਾ ਵਿੱਚ ਖਤਮ ਹੋ ਗਿਆ ਖੰਭਾਂ ਦੇ ਲੋਕ ਕਿੱਡਾ ਖੰਭਾ ਹੁੰਦਾ ਬਿਜਲੀ ਦਾ ਅੱਧਾ ਹੀ ਦਿਖਦਾ ਉਧਰ ਘੁੰਮ ਕੇ ਇੰਨੀ ਦੂਰ ਆਏ ਆ ਹਾਂ ਉਹ ਸਾਹਮਣੇ ਪਿੰਡ ਚੋਂ ਆਏ ਆਪਾਂ ਅਸੀਂ ਪਿੰਡਾਂ 'ਚ ਲੈ ਕੇ ਆਵਾਂਗੇ ਯਾਰ ਉਹ ਦੇ ਨਿਆਣੇ ਵਿੱਚ ਕਿੱਥੇ ਤੇਰੇ ਜਾਂਦੇ ਆ ਦੋ ਉਹ ਦੇ ਹੈਂ
ਮਿੱਟੀ ਦੀ ਟਰਾਲੀ ਅਜੇ ਵੀ ਆਈ ਜਾਂਦੀ ਹੈ। ਪੱਕੀ ਸੜਕ ਬਣੀ ਹੋਈ ਹੈ। ਹਾਂ ਦੇਖ ਪੱਕੀ ਸੜਕ ਦੀ ਹੈ, ਪੱਕੀ ਵੀ ਟੁੱਟ ਗਈ। ਪਾਣੀ ਅੱਗੇ ਪਾਣੀ ਅੱਗ ਕਿਸੇ ਦਾ ਜ਼ੋਰ ਨਹੀਂ ਸੀ ਪੂਰੇ। ਉਹ ਦੇਖ ਲਾ ਬਾਈ ਨੇ ਉੱਪਰ ਟਰੱਕ ਟਕਾਏ ਹੋਏ, ਉੱਪਰ ਨਾ ਮੰਗੇ ਹੋਏ ਹੈਂ। ਹਾਂ ਆਹ ਮੱਕੀ ਰੁੱਬੀ ਵੀ ਇਹਦੇ, ਮੱਕੀ ਤਾਂ ਖਤਮ ਹੋ ਗਈ। ਪਿਛਲੀ ਵਾਰ ਇੱਥੇ ਟੁੱਟਿਆ ਤਾਂ ਪਾਣੀ ਦੀ ਸੇਵਾ ਕਰਨ ਜਾਣਾ ਵਾ ਤੇ ਆਪਣੀ ਪਲਾਨਿੰਗ ਹੋ ਗਈ ਪੂਰੀ। ਪਾਣੀ ਵੀ ਦਾ ਵੀ ਆਰਡਰ ਦੇ ਜਾਂਦੇ, ਗੱਡੀ ਆਪਣੇ ਕੋਲ ਪਹੁੰਚ ਜਾਏਗੀ ਅੱਜ ਸਵੇਰੇ ਦਾ ਟਾਈਮ ਆ, 7-8 ਵਜੇ ਨਿਕਲਾਂਗੇ। ਤੇ ਬਾਕੀ ਪੁੱਛਦੇ ਹਾਂ ਨਿੰਦਰ ਬਾਈ ਨੂੰ ਕੀ ਕਿੱਦਾਂ ਕਿੱਦਾਂ ਕੀ ਸੇਵਾ ਪਾਣੀ। ਸੇਵਾ ਪਾਣੀ ਆਹੀ ਆ ਦੇਖ ਕੇ ਨਾ, ਜਿਹੜਾ ਹਿਸਾਬ ਕਿਤਾਬ ਉੱਥੇ ਬਾਕੀ ਮੰਗੇ ਤੁਹਾਡਾ ਲੋਕਲ ਏਰੀਆ ਮੰਗੇ ਸਹੁਰੇ ਆ ਉੱਥੇ। ਮੈਂ ਕਿਹਾ ਕਿਹੜਾ ਪਿੰਡ ਬਾਈ, ਜਿਹੜੇ ਏਰੀਆ ਪਿੰਡਾਂ ਜਾਣਾ ਆਪਾਂ? ਮੁੰਡੀ ਚੋਲੀਆਂ, ਸ਼ਹਿਰੀਆਂ ਬਾਈ, ਲਾਲੀ ਆ, ਮਰਾਜ ਵਾਲਾ, ਧੱਕਾ ਵਸਤੀ ਆ। ਤਿੰਨ ਪਿੰਡ? ਹਾਂ ਤਿੰਨ ਪਿੰਡ ਆ। ਤਿੰਨ ਪਿੰਡ ਆ ਬਾਈ, ਉੱਥੇ ਤਿੰਨ ਪਿੰਡਾਂ 'ਚ ਲਿਜਾਵਾਂਗੇ। ਜਿਹੜਾ ਦੇਖ ਕੇ ਪਾਣੀ ਆ ਪੂਰਾ ਡੁੱਬੇ ਪਿਆ ਬਾਈ ਪਿੰਡ ਜੀ। ਸਰਦਾਰ ਵਾਲਾ ਵੀ ਨਾਲ ਹੀ ਆ ਉੱਥੇ, ਸਰਦਾਰ ਵਾਲਾ। ਸਰਦਾਰ ਵਾਲਾ? ਬਾਕੀ ਬਾਈ ਆਇਆ ਵੀ ਬੰਨ ਨੂੰ ਜਾਈ ਜਾਂਦੇ ਅੱਗੇ ਲੋਕ ਹਨਾ, ਬੰਨ ਨੂੰ ਦੇ ਬੰਨ ਦੇ ਲੱਗ ਜਾਂਦਾ ਪਾਣੀ, ਪਿੰਡਾਂ ਦੇ ਵਿੱਚ ਕੋਈ ਜਾਂਦਾ ਨਹੀਂ। ਟਰਾਲੀ ਆਈ ਉਹ ਇੱਕ, ਉਹਨੇ ਫਟਾਫਟ ਪਾਣੀ ਬੰਨ ਪਰ ਉਹਦੀ ਖਾਲੀ ਹੋ ਗਈ। ਆਪਾਂ ਪਿੰਡਾਂ ਦੇ ਵਿੱਚ ਜਾਣਾ, ਨਹੀਂ ਨਹੀਂ ਆਪਾਂ ਪਿੰਡਾਂ 'ਚ ਚਾਹੇ ਆਪਣੇ ਇੱਕ ਗੜਾ ਫੇਰ ਦੁਬਾਰੇ ਨਾ ਲਾਉਣਾ ਪਵੇ। ਗੱਲ ਹੀ ਕੋਈ ਨਹੀਂ ਬਾਈ, ਫੇਰ ਦੁਬਾਰਾ ਸੇਵਾ ਸਾਰੇ ਪਾਲਾਂਗੇ, ਮੁੰਡੇ ਨੂੰ ਹੋਰ ਕਹਿ ਦਾਂਗੇ ਆਪਾਂ। ਵੈਸੇ ਤਾਂ ਆਪਾਂ ਹੀ ਅੱਗੇ, ਟੈਨਸ਼ਨ ਨਹੀਂ। ਉਹ ਕੋਈ ਨਹੀਂ ਯਾਰ, ਕਮਾਉਂਦੇ ਹਾਂ ਆਪਾਂ ਡਾਕਟਰਾਂ ਨੂੰ। ਡਾਕਟਰ ਕਹਿੰਦਾ ਲਿਆਓ ਜੀ 5,000 ਰੁਪਈਆ, ਉਦੋਂ ਮੂਵੀ ਆਪਾਂ ਆਪਾਂ ਘੱਟ ਨਹੀਂ ਕਰੀਦਾ, ਕਰੀ ਘੱਟ ਕੀਤਾ ਹੁੰਦੇ ਹੀ ਨਹੀਂ। ਇਹੋ ਚੀਜ਼ਾਂ 'ਚ ਘੱਟ ਕਰ ਲੈਂਦੇ ਆਪਾਂ, ਜੇ ਵੀ ਚੱਲ ਸੇਵਾ ਦੇਣੀ ਆ 100 ਨਹੀਂ 50 ਦੇ ਦੇ, ਇੱਥੇ ਕੋਈ ਘੱਟ ਨਹੀਂ ਹੁੰਦੇ। ਬਾਕੀ ਇਹਦੇ ਵਰਗਾ ਦਾਨ ਕੋਈ ਨਹੀਂ ਪਾਣੀ ਵਰਗਾ, ਹੈ ਨਾ? ਬਿਲਕੁਲ, ਸਭ ਤੋਂ ਉੱਪਰ ਇਹੀ ਆ। ਆਪਾਂ ਦੇਖੇ ਹੀ ਹਾਲ, ਘਰਾਂ ਦੇ ਵਿੱਚ ਤਾਂ ਪਾਣੀ ਭਰਿਆ ਪਿਆ, ਬੋਰ ਉੱਥੇ ਕਦ ਚੱਲਣਗੇ? ਪਾਣੀ ਤਾਂ ਲੱਗਦਾ ਨਹੀਂ ਵੀ ਚੱਲਣਗੇ, 2-3 ਮਹੀਨੇ ਬੋਰ ਹੋਰ, ਹੈ ਨਾ? ਬਾਕੀ ਨੇ ਮੋਟਰਾਂ ਲਾਈਆਂ ਪਾਣੀ ਕੱਢਣ ਨੂੰ, ਅਜੇ ਇੰਨੀ ਮੋਟਰਾਂ ਨੇ ਵੀ ਕਢਾਇਆ ਵੀ ਦਿਨਾਂ 'ਚ ਕੱਢ ਦੇਣਾ ਇੰਨਾ ਪਾਣੀ। 25 ਫੁੱਟ ਪਾੜ ਦਾ ਪਾਇਆ ਹੋਇਆ ਪਾਣੀ ਦਾ, ਕਿੱਥੇ ਪਾਣੀ ਨਿਕਲ ਜੂਗਾ? ਖੰਭੇ 4 ਫੁੱਟ ਦਿਖਦਾ ਵੀ, ਜਿਹੜਾ ਖੰਭਾ ਦੇਖਿਆ ਸੀ ਇੱਕ, ਕਿੰਨਾ ਖੰਭਾ ਹੁੰਦਾ? 25 ਫੁੱਟ ਦਾ ਹੁੰਦਾ, 25 ਦਾ ਹੁੰਦਾ, 25 ਦਾ ਟੋਟਲ ਥੱਲੇ ਲੈ ਕੇ ਉੱਪਰ ਤੱਕ 25 ਦਾ ਹੁੰਦਾ। 5-6 ਫੁੱਟ ਖੰਭਾ ਦੇਖਦਾ ਇੱਕ ਜਗ੍ਹਾ, ਦੇਖਿਆ ਮੰਗੇ ਨੂੰ 5-6 ਫੁੱਟ ਖੰਭਾ ਦੇਖਦਾ, ਬਾਕੀ ਸਾਰਾ ਪਾਣੀ ਕੱਲ੍ਹ ਪਿਆ। ਹੁਣ ਕੱਲ੍ਹ ਨੂੰ ਜਾਵਾਂਗੇ, ਸਾਜਰੇ ਚੱਲ ਆਵਾਂਗੇ ਆਪਾਂ। ਹਾਂ ਬਾਈ, ਹੁਣ ਪੱਕੀ ਪਲੈਨਿੰਗ ਹੋ ਗਈ ਆ, ਪੱਕੀ ਪਲੈਨਿੰਗ ਆ, ਪੱਕੀ ਪਲੈਨਿੰਗ ਆ, ਨਾਲੇ ਝੋਟਾ ਤੁਹਾਨੂੰ ਦਿਖਾਵਾਂਗੇ ਡੁੱਬਦਾ ਕੱਲ੍ਹ ਨੂੰ ਕਿੰਨਾ ਕੁ ਜਾਂਦਾ ਵਿੱਚ। ਬਿਲਕੁਲ ਚਲੋ ਠੀਕ ਆ ਬਾਈ, ਮਿਲਦੇ ਹਾਂ ਫਿਰ ਤੁਹਾਨੂੰ ਹੁਣ ਉੱਥੇ ਕੱਲ੍ਹ ਨੂੰ। ਜਿਹੜੇ ਮੇਰੇ ਉਹ ਬੇਰੀਏ ਦੇ ਬੰਬੀਰ ਵੀਡੀਓ ਦੇਖਦੇ ਆ ਸਾਡੀ ਕੋਈ, ਤਾਂ ਦੱਸਿਓ ਬਾਈ ਜੇ ਕੋਈ ਘਾਟ ਬਾਅਦ ਹੋਈ ਕਿਸੇ ਚੀਜ਼ ਦੀ। ਹੋਰ ਵੀ ਦੱਸਿਓ ਬੰਦੇ ਦਾ, ਮੈਂ ਅੱਜ ਇੱਕ ਫੋਨ ਆਇਆ ਹੋਰ ਵੀ, ਕਹਿੰਦਾ ਵੀ ਤੁਸੀਂ ਜਾ ਕੇ ਮੈਂ ਸਾਨੂੰ ਦੱਸਿਓ ਵੀ ਕਿਹੜੀ ਚੀਜ਼ ਦੀ ਕਮੀ ਪੇਸ਼ੀ ਲੱਗੀ, ਵੀ ਅਸੀਂ ਵੀ ਬਾਅਦ 'ਚ ਮਾਰਾਂਗੇ ਝੱਟ ਇੱਕ। ਠੀਕ, ਚਲੋ ਠੀਕ ਹੈ ਜੀ, ਮਿਲਦੇ ਹਾਂ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਲਈ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।